ਸਸ਼ਕਾਲ ਪਿਆਰੇ ਦੋਸਤੋ ਆਪ ਸਭ ਜੀ ਦਾ ਸਵਾਗਤ ਹੈ ਸਲੋਬੀ ਦੋਸਤੋ ਸੀਐਮ ਭਗਵੰਤ ਮਾਨ ਨੇ ਲਿਆ ਵੱਡਾ ਫੈਸਲਾ ਕੀਤਾ ਸਾਰੇ ਪੰਜਾਬ ਵਾਸੀਆਂ ਨੌਜਵਾਨਾਂ ਮੁਲਾਸ਼ਮਾਂ ਤੇ ਪੈਨਸ਼ਨਰਸ ਨੂੰ ਖੁਸ਼ ਕੀਤਾ ਉਹ ਕੰਮ ਜੋ ਹੁਣ ਤੱਕ ਕੋਈ ਨਹੀਂ ਸੀ ਕਰ ਪਾਇਆ ਆਉਂਦੇ ਹੀ ਕਰ ਦਿੱਤਾ ਇਹ ਵੱਡਾ ਫੈਸਲਾ ਗਵਾਹੀ ਭਰ ਦਾ ਪੱਤਰ ਹੋਇਆ ਜਾਰੀ ਸੋ ਦੋਸਤੋ ਇਸ ਦੀ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਅੱਜ ਇਸ ਵੀਡੀਓ ਰਾਹੀਂ ਦਵਾਂਗੇ ਸੋ ਦੋਸਤੋ ਅਗਰ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਛੋਟੀ ਜਿਹੀ ਰਕਵਸਟ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਅਤੇ ਇਸ ਵੀਡੀਓ ਨੂੰ ਵਟ ਬੱਸ ਆਬਦ ਦੇ ਨਾਲ ਸ਼ੇਅਰ ਵੀ ਜ਼ਰੂਰ ਕਰ ਦੇਣਾ ਸੋ ਆਓ ਦੋਸਤੋ ਹੁਣ ਅਸੀਂ ਆਪਣੀ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੋ ਦੋਸਤੋ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਆਪ ਸਰਕਾਰ ਨੇ ਵਾਦਾ ਕੀਤਾ ਸੀ ਕਿ ਅਗਰ ਉਹਨਾਂ ਦੀ ਸਰਕਾਰ ਬਣ ਜਾਂਦੀ ਹੈ ਤਾਂ ਜੋ ਇਹ ਵਾਲੀਆਂ ਸਾਰੀਆਂ ਸਹੂਲਤਾਂ ਹਨ ਉਹ ਪੰਜਾਬ ਵਾਸੀਆਂ ਨੂੰ ਸਾਰੇ ਨੌਜਵਾਨਾਂ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਸ ਨੂੰ ਦੇਣਗੇ ਜਿਸ ਦੇ ਵਿੱਚ ਪਹਿਲੀ ਸਹੂਲਤ ਹੈ ਕਿ ਮਹਿਲਾਵਾਂ ਨੂੰ 1000 ਰੁਪਿਆ ਪ੍ਰਤੀ ਮਹੀਨਾ ਦਿੱਤਾ ਜਾਵੇਗਾ 18 ਸਾਲ ਤੋਂ ਲੈ ਕੇ ਸਾਰੀਆਂ ਮਹਿਲਾਵਾਂ ਨੂੰ 1000 ਰੁਪਿਆ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਅਤੇ 200 300 ਯੂਨਿਟ ਜੋ ਹੈ ਮੁਫਤ ਦਿੱਤੀ ਜਾਵੇਗੀ ਪੰਜਾਬ ਦੇ ਹਰ ਇੱਕ ਪਾਸੀ ਨੂੰ 300 ਯੂਨਿਟ ਤੱਕ ਹਰੇਕ ਘਰ ਦੇ ਵਿੱਚ ਮੁਫਤ ਦਿੱਤੀ ਜਾਵੇਗੀ ਹਰੇਕ ਪਿੰਡ ਤੇ ਸ਼ਹਿਰ ਦੇ ਵਿੱਚ ਕਲੀਨਿਕ ਬਣਾਏ ਜਾਣਗੇ 5 ਲੱਖ ਤੱਕ ਦਾ ਜੋ ਸਿਹਤ ਬੀਮਾ ਹੈ ਹਰ ਇੱਕ ਵਿਅਕਤੀ ਨੂੰ ਦਿੱਤਾ ਜਾਵੇਗਾ ਪੰਜਾਬ ਦੇ ਵਿੱਚ چاہے ਜੋ ਵੀ ਵਿਅਕਤੀ ਹੋਵੇ ਉਸ ਨੂੰ 5 ਲੱਖ ਤੱਕ ਦਾ ਸਿਹਤ ਬੀਮਾ ਜੋ ਹੈ ਮੁਫਤ ਦਿੱਤਾ ਜਾਵੇਗਾ ਕੰਟਰੈਕਟ ਉਤੇ ਰੱਖੇ ਹੋਏ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇਗਾ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇਗਾ ਪੁਲਿਸ ਲਈ 8 ਘੰਟੇ ਦੀ ਡਿਊਟੀ ਸਿਸਟਮ ਲਾਗੂ ਹੋਵੇਗਾ ਨੌਕਰੀਆਂ ਦੇ ਵਿੱਚ ਔਰਤਾਂ ਦੇ ਲਈ 33% ਜੋ ਰਾਖਵਾਕਰਨ ਕੀਤਾ ਜਾਵੇਗਾ ਅਤੇ ਦੋਸਤੋ ਜੋ ਮੁਲਾਜ਼ਮਾਂ ਦੀਆਂ ਬਾਕੀ ਮੰਗਾਂ ਹਨ 6ਵੇਂ ਪੇ ਕਮਿਸ਼ਨ ਦੇ ਸੰਬੰਧੀ ਅਤੇ ਪੱਤਿਆਂ ਦੇ ਬਹਾਲੀ ਸੰਬੰਧੀ ਉਹਨਾਂ ਨੂੰ ਵੀ ਜਲਦ ਪੂਰਾ ਕੀਤਾ ਜਾਵੇਗਾ ਤੇ ਸਾਰੇ ਪੱਤੇ ਜੋ ਹਨ ਉਹਨਾਂ ਨੂੰ ਬਹਾਲ ਕੀਤਾ ਜਾਵੇਗਾ ਤੇ ਲਈ 12 ਘੰਟੇ ਮੁਫਤ ਬਿਜਲੀ ਦਿੱਤੀ ਜਾਵੇਗੀ SYL ਲਈ ਐਕਵਾਇਰ ਜ਼ਮੀਨ ਦੀ ਵਾਪਸੀ ਹੋਵੇਗੀ 72 ਘੰਟਿਆਂ ਵਿੱਚ ਫਸਲ ਦਾ ਭੁਗਤਾਨ ਕੀਤਾ ਜਾਵੇਗਾ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਕਰਜ਼ਾ ਮੁਆਫੀ ਕੀਤੀ ਜਾਵੇਗੀ ਹੁਣ ਤੱਕ ਦਾ ਜੋ ਸਾਰਾ ਕਰਜ਼ਾ ਹੈ ਉਸ ਨੂੰ ਮਾਫ਼ ਕੀਤਾ ਜਾਵੇਗਾ ਕਾਲਜਾਂ ਦੇ ਵਿੱਚ ਮੁਫਤ ਵਾਈਫਾਈ ਹਾਟਸਪੌਟ ਲਗਾਏ ਜਾਣਗੇ 25 ਲੱਖ ਤੱਕ ਦੀਆਂ ਨੌਕਰੀਆਂ ਜੋ ਹਨ ਦਿੱਤੀਆਂ ਜਾਣਗੀਆਂ ਹਰੇਕ ਸਕੂਲ ਦੇ ਵਿੱਚ ਸੀਸੀਟੀਵੀ ਕੈਮਰਾ ਜੋ ਹੈ ਲਗਵਾਏ ਜਾਣਗੇ ਪੁਰਾਣੀ ਪੈਨਸ਼ਨ ਦੀ ਬਹਾਲੀ ਕੀਤੀ ਜਾਵੇਗੀ ਤੇ ਨਵੀਂ ਪੈਨਸ਼ਨ ਸਕੀਮ ਨੂੰ ਖਤਮ ਕੀਤਾ ਜਾਵੇਗਾ ਸੋ ਦੋਸਤੋ ਜਿਵੇਂ ਕਿ ਸਾਰੇ ਮੁਲਾਜ਼ਮਾਂ ਦੀ ਮੁੱਖ ਮੰਗ ਹੈ ਕਿ ਪੈਨਸ਼ਨ ਬਹਾਲ ਕੀਤੀ ਜਾਵੇ ਉਸ ਨੂੰ ਜਲਦ ਹੀ ਬਹਾਲ ਕਰ ਦਿੱਤਾ ਜਾਵੇਗਾ ਨਸ਼ਾ ਮੁਕਤ ਜੋ ਪੰਜਾਬ ਹੈ ਬਣਾਇਆ ਜਾਵੇਗਾ ਤੇ ਪੂਰੇ ਪੰਜਾਬ ਦੇ ਵਿੱਚ ਸਾਰੇ ਲੋਕਾਂ ਨੂੰ ਜੋ ਹੈ ਮੁਫਤ ਇਲਾਜ ਦਿੱਤਾ ਜਾਵੇਗਾ ਸੋ ਦੋਸਤੋ ਇਹ ਸਾਰੀਆਂ ਜੋ ਸਕੀਮਸ ਹਨ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਜੋ ਹਨ ਪੰਜਾਬ ਦੇ ਵਿੱਚ ਲਾਗੂ ਕੀਤੀਆਂ ਜਾਣੀਆਂ ਹਨ ਸੋ ਜਲਦ ਹੀ ਜਦੋਂ ਮੁੱਖ ਮੰਤਰੀ ਸਹੁੰ ਚੁੱਕ ਲੈਣਗੇ ਉਸ ਤੋਂ ਬਾਅਦ ਜੋ ਇਹ ਵਾਲਾ ਕੰਮ ਹੈ ਜਲਦ ਹੀ ਸ਼ੁਰੂ ਹੋ ਜਾਵੇਗਾ ਸੋ ਦੋਸਤੋ ਇਸ ਨੂੰ ਵੱਤੋ ਵੱਸ ਸਭ ਦੇ ਨਾਲ ਸ਼ੇਅਰ ਜ਼ਰੂਰ ਕਰ ਦੇਣਾ ਜੀ ਅਤੇ ਹੋਰ ਅਪਡੇਟਸ ਲੈਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਦੋਸਤੋ